ਸ਼ਬਦਾਂ ਦਾ ਅਲੌਕਿਕ ਜਾਦੂ। ਸ਼ਬਦ ਇੱਕ ਮਾਤਰ ਅਜਿਹਾ ਤਾਕਤਵਰ ਸਾਧਨ ਹੁੰਦੇ ਨੇ ਜਿਨ੍ਹਾਂ ਦੀ ਸਹਾਇਤਾ ਸਦਕਾ ਕੋਈ ਵੀ ਵਿਅਕਤੀ ਆਪਣੇ ਜਜ਼ਬਾਤ ਅਤੇ ਵਿਚਾਰਾਂ ਦਾ ਚੰਗੀ ਤਰ੍ਹਾਂ ਪ੍ਰਗਟਾਵਾ ਕਰ ਸਕਦਾ ਹੈ। ਹਰ ਸ਼ਬਦ ਦਾ ਆਪਣਾ ਵੱਖਰਾ ਮਤਲਬ ਹੁੰਦਾ ਹੈ। ਇੱਕ ਵਾਰ ਬੋਲਿਆ ਜਾਂ ਲਿਖਿਆ ਗਿਆ ਸ਼ਬਦ ਆਪਣਾ ਵਿਸ਼ੇਸ਼ ਅਸਰ ਰੱਖਦਾ ਹੈ, ਚਾਹੇ ਉਸ ਦਾ ਅਸਰ ਉਸਾਰੂ ਹੋਵੇ ਜਾਂ ਢਾਹੂ। ਇਹ ਉਸ ਤਰੀਕੇ ਜਾਂ ਬਿਆਨ ਦੇ ਅੰਦਾਜ਼ ਤੇ ਨਿਰਭਰ ਕਰਦਾ ਹੈ ਜਿਸ ਜ਼ਰੀਏ ਇਹ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਜਦੋਂ ਭਾਵਾਂ ਨਾਲ ਭਰਪੂਰ ਹੁੰਦੇ ਹਨ ਤਾਂ ਇਹਨਾਂ ਦੀ ਤਾਕਤ ਕਮਾਲ ਦੀ ਹੁੰਦੀ ਹੈ, ਜਿੱਥੇ ਸਕਾਰਾਤਮਕ ਸ਼ਬਦਾਂ ਦੀ ਪੈਦਾਇਸ਼ ਦਾ ਕਾਰਨ ਬਣਦੇ ਹਨ। ਸ਼ਬਦਾਂ ਦੀ ਜਾਦੂਮਈ ਤਾਕਤ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਅਤੇ ਵਿਵਹਾਰਾਂ ਵਿਚ ਬੜਾ ਹੀ ਡੂੰਘਾ ਪ੍ਰਭਾਵ ਰੱਖਦੀ ਹੈ। ਤੁਹਾਡੇ ਸ਼ਬਦ ਤੁਹਾਡੀ ਕਿਸਮਤ ਨੂੰ ਮਨਚਾਹਿਆ ਰੂਪ ਦੇਣ ਅਤੇ ਜਿਵੇਂ ਤੁਸੀਂ ਰਹਿਣਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਜੀਵਨ ਸਿਰਜਣ ਦੀ ਸਮਰੱਥਾ ਰੱਖਦੇ ਹਨ। ਤੁਹਾਡੇ ਦੁਆਰਾ ਬੋਲਿਆ, ਲਿਖਿਆ, ਪੜ੍ਹਿਆ ਜਾਂ ਸੋਚਿਆ ਜਾਂਦਾ ਹਰੇਕ ਸ਼ਬਦ ਜੀਵਨ ਦੀ ਜ਼ਮੀਨ ਤੇ ਬੀਜੇ ਗਏ ਕਰਿਸ਼ਮਾਈ ਅਤੇ ਊਰਜਾ ਨਾਲ ਭਰੇ ਬੀਜ ਵਰਗਾ ਕੰਮ ਕਰਦਾ ਹੈ, ਜਿਹੜਾ ਕਾਮਯਾਬੀ ਦੇ ਇੱਕ ਸੰਘਣੇ ਰੁੱਖ ਵਿੱਚ ਪਰਿਵਰਤਿਤ ਹੋ ਸਕਦਾ ਹੈ। ਜਦੋਂ ਮਾਪਿਆਂ ਜਾਂ ਅਧਿਆਪਕਾਂ ਦੁਆਰਾ ਬੱਚੇ ਨੂੰ ਜੀਵਨ ਪ੍ਰਗਤੀ ਵੱਲ ਲਿਜਾਣ ਵਾਲੇ ਸੁੰਦਰ ਸ਼ਬਦ ਸੁਣਾਏ ਜਾਣਗੇ ਤਾਂ ਉਹ ਉਸ ਅੰਦਰ ਇੱਕ ਸਮਰੱਥਾ ਭਰ ਦੇਣਗੇ ਜਿਸ ਸਦਕਾ ਉਹ ਮਨ ਚਾਹੇ ਮਕਸਦ ਦੀ ਪ੍ਰਾਪਤੀ ਨੂੰ ਆਸਾਨ ਕਰ ਲੈਂਦਾ ਹੈ। ਜਦਕਿ ਦੂਜੇ ਪਾਸੇ ਉਸ ਨੂੰ ਇਹ ਸੁਣਾਉਂਦੇ ਰਹਿਣਾ ਕਿ ਉਹ ਬੇਕਾਰ ਹੈ, ਮੋਟੀ ਅਕਲ ਦਾ ਮਾਲਕ ਹੈ, ਉਹ ਆਪਣੇ ਆਪ ਨੂੰ ਸੁਧਾਰਨ ਦੇ ਕਾਬਿਲ ਨਹੀਂ, ਅਜਿਹੇ ਸ਼ਬਦ ਉਸ ਨੂੰ ਪਿਛਾਂ ਖਿੱਚੂ ਅਥਵਾ ਨਿਰਾਸ਼ਾਵਾਦੀ ਬਣਾ ਸਕਦੇ ਹਨ। ਬਹੁਤੇ ਲੋਕ ਜੀਵਨ ਪ੍ਰਤੀ ਆਪਣਾ ਨਿਰਾਸ਼ਾਵਾਦੀ ਝੁਕਾਅ ਬਣਾ ਲੈਂਦੇ ਹਨ ਕਿਉਂਕਿ ਆਪਣੇ ਬਚਪਨ ਤੋਂ ਹੀ ਉਹ ਜੀਵਨ ਨੂੰ ਅਗਾਂਹ ਵਧਾਉਣ ਵਾਲੇ ਪ੍ਰੇਰਣਾਮਈ ਅਤੇ ਅਸਰਦਾਰ ਸ਼ਬਦਾਂ ਤੋਂ ਮਹਿਰੂਮ ਰਹੇ ਹੁੰਦੇ ਹਨ। ਇਹ ਕਰਾਮਾਤ ਤੋਂ ਘੱਟ ਨਹੀਂ ਕਿ ਨਰੋਏ ਸ਼ਬਦ ਸਾਡੇ ਇਰਦ ਗਿਰਦ ਇੱਕ ਸਵਰਗਮਈ ਸੰਸਾਰ ਦੀ ਰਚਨਾ ਕਰ ਦਿੰਦੇ ਹਨ। ਕਾਮਯਾਬ ਲੋਕ ਆਪਣੇ ਮਨ ਨੂੰ ਸੋਹਣੇ ਨਿੱਗਰ ਵਿਚਾਰਾਂ ਅਤੇ ਚਿੱਤਰਾਂ ਨਾਲ ਲਬਰੇਜ਼ ਕਰੀ ਰੱਖਦੇ ਹਨ ਤਾਂ ਜੋ ਉਹਨਾਂ ਦਾ ਪ੍ਰਗਤੀਵਾਦੀ ਜੋਸ਼ ਅਤੇ ਬੁਲੰਦੀ ਸਦਾ ਜਵਾਨ ਰਹੇ। ਸਾਰਥਕ ਸ਼ਬਦ ਆਪਣੇ ਵਿੱਚ ਕਿਸੇ ਵੀ ਵਿਅਕਤੀ ਨੂੰ ਉਤਸ਼ਾਹਿਤ ਕਰਕੇ ਉਸ ਅੰਦਰੋਂ ਛੁਪੇ ਹੋਏ ਅਸਰ ਨੂੰ ਬਾਹਰ ਕੱਢ ਕੇ ਨਵਾਂ ਇਤਿਹਾਸ ਰਚਣ ਦੀ ਬੇਪਨਾਹ ਤਾਕਤ ਰੱਖਦੇ ਹਨ। ਸਕਾਰਾਤਮਕ ਸੰਚਾਰ ਵਿੱਚ ਸ਼ਬਦ ਉਤਪਾਦਨ ਸਮਰੱਥਾ ਦੀ ਪੈਦਾਇਸ਼ ਦਾ ਕਾਰਨ ਬਣੇ ਰਹਿੰਦੇ ਹਨ, ਪੈਦਾਇਸ਼ ਦਾ ਕਾਰਨ ਬਣਿਆ ਕਰਦੇ ਹਨ। ਇਹਨਾਂ ਨੂੰ ਸੁਣਨ ਜਾਂ ਪੜ੍ਹਨ ਵਾਲਾ ਕੁਝ ਕਰ ਗੁਜ਼ਰਨ ਲਈ ਆਪਣੇ ਅੰਦਰ ਇੱਕ ਨਵੀਂ ਊਰਜਾ ਮਹਿਸੂਸ ਕਰਦਾ ਹੈ। ਇਸ ਕਰਕੇ ਸਾਨੂੰ ਉਸਾਰੂ ਸਾਹਿਤ ਤੇ ਗੂੜੇ ਅਧਿਐਨ ਅਤੇ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਵਾਕਫ ਹੁੰਦਿਆਂ ਹੋਇਆਂ ਨਿੱਜ ਅਤੇ ਜਨਤਾ ਪ੍ਰਤੀ ਆਪਣੇ ਸੰਚਾਰ ਹੁਨਰ ਨੂੰ ਸੁਧਾਰਨ ਲਈ ਸ਼ਬਦਾਂ ਦੀ ਚੋਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇੱਕ ਚੰਗਾ ਵਿਅਕਤੀ ਉਹੀ ਹੈ ਜਿਹੜਾ ਆਪਣੇ ਸ਼ਬਦਾਂ ਨੂੰ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਢੰਗ ਸਦਕਾ ਪੇਸ਼ ਕਰਨ ਦਾ ਹੁਨਰ ਰੱਖਦਾ ਹੈ। ਕੁਝ ਵੀ ਬੋਲਣ ਜਾਂ ਲਿਖਣ ਤੋਂ ਪਹਿਲਾਂ ਦੋ ਵਾਰ ਅਵਸ਼ ਸੋਚ ਲੋ ਕਿਉਂਕਿ ਇੱਕ ਵਾਰ ਨਿਕਲਿਆ ਹੋਇਆ ਸ਼ਬਦ ਆਪਣਾ ਮੰਦਾ ਚੰਗਾ ਅਸਰ ਛੱਡੇ ਬਗੈਰ ਕਦੀ ਵੀ ਵਾਪਸ ਨਹੀਂ ਮੁੜ ਸਕਦਾ। ਇਹ ਬੰਦੂਕ ਚੋਂ ਨਿਕਲੀ ਉਸ ਗੋਲੀ ਵਰਗਾ ਹੁੰਦਾ ਹੈ ਜਿਸ ਨੂੰ ਮੋੜਨਾ ਮੁਮਕਿਨ ਨਹੀਂ ਹੁੰਦਾ। ਇਹ ਦੂਸਰਿਆਂ ਪ੍ਰਤੀ ਕੁਝ ਵੀ ਅਸੁਖਾਵਾਂ ਬੋਲਣ ਦੀ ਬਜਾਏ ਬੜਾ ਹੀ ਤੋਲ ਵਿਚਾਰ ਕੇ ਬੋਲਣਾ ਚਾਹੀਦਾ ਹੈ ਤਾਂ ਜੋ ਸਾਡੇ ਦੁਆਰਾ ਉਚਾਰੇ ਗਏ ਸ਼ਬਦ ਦਾ ਕਿਸੇ ਉੱਪਰ ਕੋਈ ਵੀ ਮੰਦਾ ਪ੍ਰਭਾਵ ਨਾ ਪਵੇ। ਸਾਡੇ ਸ਼ਬਦ ਕੋਮਲ, ਦਇਆ ਭਰਪੂਰ, ਪਿਆਰੇ ਅਤੇ ਪ੍ਰੇਰਣਾਮਈ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਬੜੇ ਹੀ ਸਲੀਕੇ ਅਤੇ ਸਾਵਧਾਨੀ ਨਾਲ ਉਚਾਰਿਆ ਜਾਂ ਲਿਖਿਆ ਜਾਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਬਿਹਤਰ ਵਿਚਾਰਾਂ ਰਾਹੀਂ ਦੂਜਿਆਂ ਪ੍ਰਤੀ ਸਨਮਾਨ ਪ੍ਰਗਟਾਓਗੇ ਯਕੀਨਨ ਤੁਹਾਡਾ ਵੀ ਉਹਨਾਂ ਦੁਆਰਾ ਭਰਵਾਂ ਆਦਰ ਕੀਤਾ ਜਾਵੇਗਾ। ਨਰਮ ਦਿਲੀ ਜਾਂ ਸੁਹਿਰਦਤਾ ਨੂੰ ਬਣਾਈ ਰੱਖ ਕੇ ਤੁਸੀਂ ਖੁਦ ਨੂੰ ਅਤੇ ਬਾਕੀਆਂ ਨੂੰ ਵੀ ਦੋਸ਼ਾਂ, ਚਿੰਤਾਵਾਂ ਅਤੇ ਨਿਰਾਸ਼ਾਵਾਂ ਤੋਂ ਬਚਾ ਸਕਦੇ ਹੋ। ਸਾਨੂੰ ਆਪਣੀਆਂ ਘਾਟਾਂ ਨੂੰ ਅੱਖੋਂ ਪਰੋਖਿਆਂ ਕਰਕੇ ਦੂਜਿਆਂ ਦੀਆਂ ਕਮੀਆਂ ਨੂੰ ਉਛਾਲਣ ਤੋਂ ਗੁਰੇਜ਼ ਕਰਨ ਦੀ ਬੜੀ ਜ਼ਰੂਰਤ ਹੈ। ਇਸ ਵਿਸ਼ੇ ਵਿੱਚ ਸਾਨੂੰ ਕੋਇਲ ਤੋਂ ਸਬਕ ਲੈਣ ਦੀ ਲੋੜ ਹੈ ਜਿਹੜੀ ਆਪਣੀ ਮੱਖਿਓਂ ਮਿੱਠੀ ਆਵਾਜ਼ ਦੇ ਬਲਬੂਤੇ ਸਭ ਦਾ ਮਨ ਮੋਹ ਲੈਂਦੀ ਹੈ। ਉਸ ਦੁਆਰਾ ਗਾਏ ਜਾ ਰਹੇ ਗੀਤ ਦਾ ਜਾਦੂ ਹੀ ਲੋਕਾਂ ਨੂੰ ਆਪਣੇ ਵੱਲ ਇਕਾਗਰ ਹੋਣ ਲਈ ਲਾਚਾਰ ਕਰ ਦਿੰਦਾ ਹੈ। ਉਸ ਦੀ ਸਰੂਮ ਰਸਦਾਇਕ ਮਧੁਰਤਾ ਹੀ ਸਰੋਤਿਆਂ ਨੂੰ ਕੀਲ ਕੇ ਰੱਖ ਛੱਡਦੀ ਹੈ। ਇਸ ਲਈ ਸਾਨੂੰ ਵੀ ਆਪਣੀ ਬੋਲੀ ਵਿੱਚ ਸਾਰਥਕ ਸ਼ਬਦਾਂ ਦੀ ਚੋਣ ਪ੍ਰਤੀ ਸੁਚੇਤ ਰਹਿੰਦਿਆਂ ਹੋਇਆਂ ਸ਼ਹਿਦ ਭਰਪੂਰ ਅਤੇ ਦੂਜਿਆਂ ਵਾਸਤੇ ਪ੍ਰੇਰਣਾਮਈ ਸ਼ਬਦ ਵਰਤਣੇ ਚਾਹੀਦੇ ਹਨ। ਹਮੇਸ਼ਾ ਆਪਣੇ ਸ਼ਬਦਾਂ, ਪ੍ਰਤੀਬੱਧਤਾ ਅਤੇ ਤਰਕਾਂ ਨੂੰ ਮਹਿਫੂਜ਼ ਰੱਖੋ। ਇਹ ਹਰ ਵਿਅਕਤੀ ਦੀ ਅਤਿ ਜ਼ਰੂਰੀ ਚੰਗਿਆਈ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਸ਼ਬਦਾਂ ਉੱਪਰ ਤੁਹਾਡਾ ਪੂਰਾ ਨਿਯੰਤਰਣ ਹੋਇਆ ਤਾਂ ਲੋਕ ਤੁਹਾਨੂੰ ਆਪਣੇ ਮਨ ਅੰਦਰ ਇੱਕ ਸਨਮਾਨਯੋਗ ਜਗ੍ਹਾ ਅਵਸ਼ ਦੇਣਗੇ। ਜੇਕਰ ਕਿਸੇ ਵੇਲੇ ਤੁਹਾਡੇ ਕੋਲ ਕਿਸੇ ਵਿਸ਼ੇ ਜਾਂ ਸਮੱਸਿਆ ਪ੍ਰਤੀ ਕੁਝ ਵੀ ਕਹਿਣ ਜਾਂ ਲਿਖਣ ਯੋਗ ਸ਼ਬਦ ਨਹੀਂ
ਬੜਾ ਸੁਹਿਰਦ ਤਰੀਕੇ ਨਾਲ ਮੁਸਕੁਰਾਉਂਦਿਆਂ ਹੋਇਆ ਨਹੀਂ ਕਹਿ ਦਿਓ ਨਾ ਕਿ ਕੁਝ ਗਲਤ ਉਚਾਰੋ ਜਾਂ ਲਿਖੋ। ਉਪਰੋਕਤ ਵਿਚਾਰ ਵਿਮਰਸ਼ ਉਪਰੰਤ ਕਿਹਾ ਜਾ ਸਕਦਾ ਹੈ ਕਿ ਸਾਨੂੰ ਹਮੇਸ਼ਾ ਸਾਰਥਕ ਸ਼ਬਦਾਂ ਨੂੰ ਹੀ ਸੋਚਣਾ, ਬੋਲਣਾ, ਪੜ੍ਹਨਾ, ਲਿਖਣਾ ਅਤੇ ਸੁਣਨਾ ਚਾਹੀਦਾ ਹੈ ਤਾਂ ਜੋ ਹਰ ਤਰੀਕੇ ਨਾਲ ਸਾਡਾ ਆਚਾਰ, ਵਿਵਹਾਰ ਅਤੇ ਕਿਰਦਾਰ ਸਭਨਾ ਦੁਆਰਾ ਚਲਾਇਆ ਜਾਵੇ। ਤੁਸੀਂ ਸ਼ਬਦਾਂ ਦੀ ਚਮਤਕਾਰੀ ਤਾਕਤ ਪ੍ਰਤੀ ਸੁਚੇਤ ਹੋ ਕੇ ਇਸ ਤਾਕਤ ਦਾ ਸਹੀ ਸਹੀ ਇਸਤੇਮਾਲ ਕਰਕੇ ਆਪਣੇ ਇਰਦ ਗਿਰਦ ਵਸੇ ਸੰਸਾਰ ਨੂੰ ਬਹਿਸ਼ਤ ਵਰਗਾ ਬਣਾ ਸਕਦੇ ਹੋ।